ਏਵਨ ਪੰਜਾਬੀ ਟੀ ਵੀ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਖਰੀਆਂ 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 ਦੇ ਵਿੱਚ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਦਾ ਅੱਜ ਕੱਲ੍ਹ ਉਸਦੇ ਆਪਣਿਆਂ ਨੇ ਹੀ ਸਾਥ ਛੱਡ ਦਿੱਤਾ ਹੈ। ਨਵਜੋਤ ਸਿੰਘ ਸਿੱਧੂ 'ਤੇ ਜੇ ਕਹੀਏ ਵਿਰੋਧੀਆਂ ਵੱਲੋਂ ਤਾਂ ਉਸੇ ਦਿਨ ਤੋਂ ਹੀ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਜਿਸ ਦਿਨ ਤੋਂ ਨਵਜੋਤ ਸਿੰਘ ਸਿੱਧੂ ਦਾ ਭਾਰਤ ਦੀ ਫੌਜ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਆਇਆ ਸੀ ਔਰ ਪਾਕਿਸਤਾਨ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਆਇਆ ਸੀ। ਲੇਕਿਨ ਉਸ ਤੋਂ ਬਾਅਦ ਸਿੱਧੂ ਸਾਹਿਬ ਚਾਰੇ ਪਾਸਿਆਂ ਤੋਂ ਘਿਰੇ ਘਿਰੇ ਹੋਏ ਨਜ਼ਰ ਆ ਰਹੇ ਨੇ। ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, BJP ਹੋਵੇ ਔਰ ਜਾਂ ਫਿਰ ਆਮ ਆਦਮੀ ਪਾਰਟੀ ਹੋਵੇ, ਹਰ ਇੱਕ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ 'ਚੋਂ ਬਾਹਰ ਦਿਖਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਕੈਬਨਿਟ 'ਚੋਂ ਬਾਹਰ ਕੱਢੇ। ਨਵਜੋਤ ਸਿੰਘ ਸਿੱਧੂ ਦਾ ਪਹਿਲਾ ਬਿਆਨ ਔਰ ਉਸ ਤੋਂ ਬਾਅਦ ਅਲੱਗ ਅਲੱਗ ਬਿਆਨ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਆ ਰਹੇ ਨੇ, ਤੁਸੀਂ ਖੁਦ ਸੁਣ ਸਕਦੇ ਹੋ। ਕੱਲ੍ਹ ਵੀ, ਪਰਸੋਂ ਵੀ ਅਤੇ ਅੱਜ ਵੀ ਆਪਣੇ ਬਿਆਨ 'ਤੇ ਕਾਇਮ ਆ। ਜਿਨ੍ਹਾਂ ਨੇ ਘਿਣਾਉਣਾ ਕਾਜ ਕੀਤਾ ਉਹਨੂੰ ਸਜ਼ਾ ਯਾਫਤਾ ਕੀਤਾ ਜਾਵੇ, ਕੁਚਲ ਦਿੱਤਾ ਜਾਵੇ। ਕਰਦਾ ਕੋਈ ਹੈ ਅਤੇ ਮਰਦਾ ਕੋਈ ਹੈ। ਕਿਹਨੂੰ ਕਿਹਾ, ਕਿਸੇ ਦਾ ਨਾਂ ਲਿਆ ਮੈਂ? ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਐਸੀ ਸਜ਼ਾ ਦਿਓ ਕਿ ਪੀੜ੍ਹੀਆਂ ਦੇਖਣ, ਪੀੜ੍ਹੀਆਂ ਦਹਿਲ ਜਾਣ। ਲੇਕਿਨ ਕਰਦਾ ਕੋਈ ਹੈ ਅਤੇ ਮਰਦਾ ਕੋਈ ਹੈ, ਇਹ ਮਨਜ਼ੂਰ ਨਹੀਂ। ਜਿਹੜਾ ਜ਼ਿੰਮੇਵਾਰ ਹੈ, ਜਿਹੜਾ ਜ਼ਿੰਮੇਵਾਰ ਹੈ ਉਹਦੀ ਭਰਪਾਈ ਹੋਣੀ ਚਾਹੀਦੀ। ਦੇਖੋ, ਕਦੇ ਵੀ ਜਾਨ ਲੈਣਾ ਕੋਈ ਸੋਲਿਊਸ਼ਨ ਨਹੀਂ ਬਣ ਸਕਦਾ। ਆਤੰਕਵਾਦ ਦਾ ਨਾ ਕੋਈ ਮਸਲ ਹੁੰਦਾ, ਨਾ ਕੋਈ ਜ਼ਾਤ ਹੁੰਦੀ ਹੈ, ਨਾ ਕੋਈ ਪਾਰਟੀ ਹੁੰਦੀ ਹੈ, ਨਾ ਕੋਈ ਦੇਸ਼ ਹੁੰਦਾ। ਜੋ ਕੁਛ ਹੈ ਇਟ ਇਜ਼ ਅ ਕਾਵਰਡਲੀ ਐਕਟ, ਮੈਂ ਕੜੀ ਨਿੰਦਾ। ਹੀ ਇਜ਼ ਸਟਿਲ ਸਪੋਰਟਿਵ ਆਫ ਪਾਕਿਸਤਾਨ। ਇੱਕ ਪਾਸੇ ਗਵਰਨਮੈਂਟ ਆਫ ਇੰਡੀਆ MFN ਸਟੇਟਸ ਉਹ ਵਿਦਡਰਾਅ ਕਰ ਰਹੀ ਹੈ, ਹਰ ਤਰੀਕੇ ਦੀ ਸਖਤੀ ਕਰ ਰਹੀ ਹੈ, ਅਤੇ ਇਹਨਾਂ ਦਾ ਵਜ਼ੀਰ ਕਹਿ ਰਿਹਾ ਨਹੀਂ, ਤੁਸੀਂ ਪਾਕਿਸਤਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਇਸ ਸਾਰੇ ਐਕਟਸ ਲਈ। ਅਤੇ ਫਿਰ ਸੁਭਾਵਿਕ ਹੈ ਕੈਪਟਨ ਅਮਰਿੰਦਰ ਸਿੰਘ ਆਪਣਾ ਸਟੈਂਡ ਸਪਸ਼ਟ ਕਰਨ। ਜੇ ਉਹਨਾਂ ਦਾ ਸਟੈਂਡ ਕਲੀਅਰ ਹੈ, ਦੈਨ ਹੀ ਦਿਸ ਜੋਕਰ ਨੀਡਸ ਟੂ ਬੀ ਸੈਕਡ ਫਰੋਮ ਦਾ ਕਾਂਗਰਸ ਪਾਰਟੀ। ਵਜ਼ੀਰੀ ਤਾਂ ਬਹੁਤ ਛੋਟੀ ਗੱਲ ਹੈ ਜੀ, ਕਾਂਗਰਸ ਦਾ ਸਟੈਂਡ ਸਪਸ਼ਟ ਚਾਹੀਦਾ ਸਾਨੂੰ। ਕਾਂਗਰਸ ਪਾਰਟੀ ਦੇਸ਼ ਸੇ ਮਾਫੀ ਮੰਗੇ ਕਿ ਕਿਉਂ ਉਨਕੇ ਜੋ ਇੱਕ ਵਰਿਸ਼ਠ ਮੰਤਰੀ ਹੈ, ਕੈਬਨਿਟ ਮੰਤਰੀ ਹੈ, ਐਸੇ ਬੇਲਗਾਮ ਬਿਆਨ ਦੇ ਰਹੇ ਹੈ ਔਰ ਐਸੇ ਬਿਆਨ ਜੋ ਦੇਸ਼ ਕੇ ਹਿੱਤ ਮੇਂ ਨਹੀਂ ਹੈ। ਉਨਕੋ ਉਨਕੇ ਕਾਮੇਡੀ ਸ਼ੋ ਜਾਂ ਜਹਾਂ ਵੀ ਵੋ ਕਾਮ ਕਰਤੇ ਹੈ ਉਨਸੇ ਵੀ ਉਨਕੋ ਸੈਕ ਕੀਆ ਜਾ ਰਹਾ ਹੈ। ਆਮ ਆਦਮੀ ਪਾਰਟੀ ਇਸਕੇ ਲੀਏ ਕੁਛ ਕਰੇਗੀ? ਕੋਈ ਆਮ ਆਦਮੀ ਪਾਰਟੀ ਕਿਆ ਕਰ ਸਕਤੀ ਹੈ? ਹਮ ਤੋ ਵਿਰੋਧੀ ਪਾਰਟੀ ਮੇਂ, ਹਮ ਤੋ ਵਿਪਕਸ਼ ਮੇਂ ਹੋਤੇ ਹੋਏ ਯੇ ਮੰਗ ਕਰੇਂਗੇ ਕਿ ਭਵਿਸ਼ਯ ਮੇਂ ਐਸਾ ਨਾ ਹੋ, ਇਹ ਮੇਕ ਸ਼ੋਰ ਕਰੇ ਕਾਂਗਰਸ ਕੀ ਸਰਕਾਰ। ਸੌਫਟ ਕਾਰਨਰ, ਨਵਜੋਤ ਸਿੱਧੂ ਸਾਹਿਬ ਦੀ ਦੋਸਤੀ ਇਮਰਾਨ ਖਾਨ ਸਾਹਿਬ ਨਾਲ ਐਜ਼ ਏ ਕ੍ਰਿਕਟਰ ਆ, ਜਿਹੜਾ ਦੇਸ਼ ਦੇ ਅੰਦਰ ਆਤੰਕਵਾਦ ਫੈਲਾ ਰਿਹਾ ਪਾਕਿਸਤਾਨ, ਉਹ ਤਾਂ ਨਹੀਂ ਕੋਈ ਸਮਝੌਤਾ ਹੈਗਾ, ਉਹ ਤਾਂ ਨਹੀਂ ਕੋਈ ਦੋਸਤੀ ਹੈਗੀ। ਸੋ ਇਸ ਕਰਕੇ ਅੱਜ ਹਰ ਦੇਸ਼ ਵਾਸੀ ਨੂੰ, ਜਿਹੜਾ ਦੇਸ਼ ਭਗਤ ਹੈਗਾ, ਜਿਹਦੇ ਅੰਦਰ ਦੇਸ਼ ਪ੍ਰਤੀ ਪਿਆਰ ਹੈਗਾ, ਕਿ ਉਹ ਦੇਖੇ ਨਹੀਂ ਜਾ ਚੀਥੜੇ ਉੜੇ ਹੋਏ ਥੇ, ਤੋ ਉਨਕੇ ਸਾਥ ਕਿਸ ਚੀਜ਼ ਕੀ ਬਸ, ਕਿਸ ਚੀਜ਼ ਕੀ ਟ੍ਰੇਨ ਜਾਂ ਔਰ ਬਾਤੇਂ, ਬਿਲਕੁਲ ਬੰਦ ਹੋਣੀ ਚਾਹੀਏ। ਕੋਈ ਬਸ ਕੋਈ ਟ੍ਰੇਨ ਉਨਕੇ ਸਾਥ ਨਹੀਂ ਚੱਲਣੀ ਚਾਹੀਏ। ਜੋ ਦੇਸ਼ ਕੇ ਸਾਥ ਇਸ ਟਾਈਮ ਨਹੀਂ ਹੈ, ਉਹ ਦੇਸ਼ ਕਾ ਦੁਸ਼ਮਨ ਹੈ। ਕਿ ਵਿਵਸਾਇਕ ਇੱਕ ਇੰਸਟੀਟਿਊਸ਼ਨ ਹੈ, ਉਸਨੇ ਉਨਕੋ ਨਿਕਾਲਾ ਹੈ ਜਾਂ ਨਹੀਂ ਨਿਕਾਲਾ ਹੈ, ਇਹ ਆਪਸੇ ਮੈਂ ਜਾਣਕਾਰੀ ਦੇ ਰਹਾ ਹੂੰ। ਭਾਵਨਾਓਂ ਕੋ ਠੇਸ ਪਹੁੰਚਾ ਹੈ, ਇਸ ਲਈ ਸ਼ਾਇਦ ਹੋ ਸਕਤਾ ਹੈ ਕਿ ਵਿਵਸਾਇਕ ਸੰਸਥਾ ਨੇ ਉਨਕੋ ਆਪਣੇ ਸੇ ਅਲੱਗ ਰੱਖਾ ਹੈ, ਮੈਂ ਨਹੀਂ ਮਾਨਤਾ। ਅਗਰ ਐਸਾ ਬਿਆਨ ਉਹਨਾਂ ਨੇ ਦਿਆ ਹੈ ਤਾਂ ਬਿਲਕੁਲ ਜੀ ਬਿਲਕੁਲ, ਚਾਹੇ ਵਿਕਰਮ ਮਜੀਠੀਆ ਹੋਵੇ, ਭਗਵੰਤ ਮਾਨ ਹੋਵੇ, ਰਾਜ ਬੱਬਰ ਹੋਵੇ ਜਿਹੜੇ ਕਿ ਆਲਰੇਡੀ ਕਾਂਗਰਸ ਵਿੱਚ ਨੇ, ਔਰ ਰਵਨੀਤ ਸਿੰਘ ਬਿੱਟੂ ਹੋਣ, ਔਰ ਉਹਨਾਂ ਨੇ ਵੀ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ। ਮਤਲਬ ਹੁਣ ਗੁਰੂ ਚਾਰੇ ਪਾਸਿਓਂ ਘਿਰੇ ਘਿਰੇ ਨਜ਼ਰ ਆ ਰਹੇ ਨੇ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।